ਪੰਜਾਬੀ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੁਹਤਾਜ ਨਹੀਂ ਨੇ। ਉਹਨਾਂ ਆਪਣੀ ਗਾਇਕੀ ਨਾਲ ਦੇਸ਼ ਤੇ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਬੱਬੂ ਮਾਨ 3 ਦਹਾਕਿਆਂ ਤੋਂ ਸੰਗੀਤ ਜਗਤ ਤੇ ਰਾਜ ਕਰਦੇ ਆ ਰਹੇ ਨੇ। ਉਹਨਾਂ ਆਪਣੇ ਕਰੀਅਰ 'ਚ ਬੇਸ਼ੁਮਾਰ ਸੁਪਰਹਿੱਟ ਗਾਣਿਆਂ ਤੇ ਐਲਬਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਹ ਹਾਲੇ ਤੱਕ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਨੇ। ਕਲਾਕਾਰ ਨੂੰ ਕਈ ਸਟੇਜ ਸ਼ੋਅ ਦੌਰਾਨ ਆਪਣੇ ਗੀਤਾਂ ਦਾ ਜਾਦੂ ਬਿਖੇਰਦੇ ਹੋਏ ਦੇਖਿਆ ਜਾਂਦਾ ਹੈ। ਇਸ ਵਿਚਾਲੇ ਹਾਲ ਹੀ ਦੇ ਵਿੱਚ ਬੱਬੂ ਮਾਨ, ਸਿੱਪੀ ਗਿੱਲ ਤੇ ਜੀ ਖਾਨ ਵਰਗੇ ਪੰਜਾਬੀ ਕਲਾਕਾਰਾਂ ਨੂੰ ਇੱਕ ਹੀ ਸਟੇਜ ਉੱਪਰ ਵੇਖਿਆ ਗਿਆ, ਜਿਨ੍ਹਾਂ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ, ਜਿਸ 'ਤੇ ਬੱਬੂ ਮਾਨ ਜੀ ਖਾਨ ਨੂੰ ਕੁਝ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ। ਦਰਅਸਲ ਬੱਬੂ ਮਾਨ ਜੀ ਖਾਨ ਨੂੰ ਕੁਝ ਗੱਲਾਂ ਸਮਝਾਉਂਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਬੱਬੂ ਮਾਨ ਪੰਜਾਬੀ ਗਾਇਕ ਜੀ ਖਾਨ ਨੂੰ ਕਹਿੰਦੇ ਨੇ ਕਿ ਜਦੋਂ ਅਸੀਂ ਗਾਉਣ ਲੱਗੇ ਸੀ ਤਾਂ ਕਲਾਕਾਰ ਗਾਉਣ ਹੀ ਨਹੀਂ ਦਿੰਦੇ ਸੀ, ਕਿਸੇ ਨੂੰ ਸਾਜ਼ ਬੰਦ ਕਰ ਦਿੰਦੇ ਸੀ, ਸਾਊਂਡ ਬੰਦ ਕਰ ਦਿੰਦੇ ਸੀ, ਪਰ ਸਾਨੂੰ ਚੰਗਾ ਲੱਗਦਾ ਜੇਕਰ ਕੋਈ ਚੰਗਾ ਗਾਉਂਦਾ, ਉਸਦੀ ਤਾਰੀਫ ਕਰੋ। ਹੋਰ ਕੀ ਕੁਝ ਕਿਹਾ ਬੱਬੂ ਮਾਨ ਨੇ ਜੀ ਖਾਨ ਨੂੰ, ਆਓ ਤੁਸੀਂ ਵੀ ਸੁਣੋ। ਭਾਈ ਜੀ ਦੇ ਮੂਹਰੇ ਗਾਉਣ ਲੱਗ ਰਿਹਾ, ਡਰ ਲੱਗ ਰਿਹਾ। ਭਾਈ ਜੀ ਬਹੁਤ ਹੀ ਸੁਣਿਆ ਜੀ, ਥੋੜੀ ਜਿਹੀ ਉਮਰ ਬਸ ਸਾਰੀ ਮੁੱਖ ਨਹੀਂ ਸੁਣਿਆਗਾ। ਜਦ ਅਸੀਂ ਗਾਉਣ ਲੱਗੇ ਸੀ ਨਾ, ਕਲਾਕਾਰ ਗਾਉਣੇ ਨਹੀਂ ਸੀ ਦਿੰਦੇ, ਕਿਸੇ ਨੂੰ ਸਾਜ਼ ਬੰਦ ਕਰ ਦਿੰਦੇ ਸੀ, ਸਾਊਂਡ ਬੰਦ ਕਰ ਦਿੰਦੇ ਸੀ, ਪਰ ਸਾਨੂੰ ਚੰਗਾ ਲੱਗਦਾ ਕਿ ਕੋਈ ਚੰਗਾ ਗਾਉਂਦਾ ਤੇ ਤਾਰੀਫ ਕਰੋ, ਤਾਂ ਹੀ ਦੁਨੀਆ ਪਿਆਰ ਕਰੂਗੀ। ਗਾਉਣਾ ਸੁਭਾਵਿਕ ਹੈ, ਚੰਗਾ ਗਾ ਲੈਣਾ ਸੁਭਾਵਿਕ ਹੈ, ਚੰਗਾ ਕਿਰਦਾਰ ਬਣਾਉਣਾ ਬਹੁਤ ਔਖਾ। ਗੱਲਾਂ ਤਾਂ ਹੀ ਹੋਣੀਆਂ ਘਰ ਘਰ, ਚੰਗਾ ਕਿਰਦਾਰ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।